ਏਵਨ ਪੰਜਾਬੀ ਨਿਡਰ ਨਿਰਪੱਖ ਨਵੀਂ ਸੋਚ, ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹੈ ਕਰੰਟ ਇਸ਼ੂ। ਕਰੰਟ ਇਸ਼ੂ ਲਈ ਚੱਲਦੇ ਹਾਂ ਸੰਗਰੂਰ। ਸੰਗਰੂਰ ਤੋਂ ਵੱਡੀ ਖਬਰ ਆ ਰਹੀ ਹੈ। ਤਿਉਹਾਰਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਿਹਤ ਵਿਭਾਗ ਵੀ ਪੂਰੀ ਤਰ੍ਹਾਂ ਅਲਰਟ ਹੈ ਔਰ ਉਹ ਚਾਹੁੰਦੀ ਹੈ ਕਿ ਇਸ ਵਾਰ ਦੀਆਂ ਜਿਹੜੀਆਂ ਮਠਿਆਈਆਂ ਜਿੰਨੀਆਂ ਵੀ ਪਹੁੰਚਣ ਉਹ ਸਹੀ ਸਲਾਮਤ ਔਰ ਸਹੀ ਤਰੀਕੇ ਨਾਲ ਆਵਾਮ ਤੱਕ ਪਹੁੰਚਣ। ਪਰ ਕਿਤੇ ਨਾ ਕਿਤੇ ਫਿਰ ਵੀ ਕੁਛ ਲੋਕ ਪੈਸਾ ਕਮਾਉਣ ਦੇ ਮਤਲਬ ਹੋੜ ਲੱਗੀ ਹੋਈ ਹੈ ਨਾ, ਉਸ ਵਿੱਚ ਘਪਲਾ ਕਰ ਹੀ ਜਾਂਦੇ ਨੇ। ਕੀ ਹੈ ਪੂਰੀ ਖਬਰ? ਕਿਉਂਕਿ ਸੰਗਰੂਰ ਦੇ ਵਿੱਚੋਂ ਮਤਲਬ ਇੱਕ ਪਨੀਰ ਫੜਿਆ ਹੈ ਜਿਸ ਨੂੰ ਲੈਬੋਰਟਰੀ ਦੇ ਵਿੱਚ ਟੈਸਟ ਕਰਨ ਵਾਸਤੇ ਭੇਜ ਦਿੱਤਾ ਗਿਆ। ਹੋਰ ਕੀ ਪਕੜਿਆ? ਚੱਲਦੇ ਹਾਂ ਜੀ ਸੰਗਰੂਰ, ਜਿੱਥੋਂ ਜਗਤਾਰ ਬਾਬਾ ਜੀ ਮੇਰੇ ਨਾਲ ਜੁੜ ਚੁੱਕੇ ਨੇ। ਬਾਬਾ ਜੀ, ਕੀ ਅਪਡੇਟ ਹੈ ਇਸ ਖਬਰ ਨੂੰ ਲੈ ਕੇ? ਸੋਮ ਜੀ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਵੇਂ ਜਿਵੇਂ ਦੀਵਾਲੀ ਦਾ ਤਿਉਹਾਰ ਹੈਗਾ ਜਿਹੜਾ ਨੇੜੇ ਆਉਂਦਾ ਹੈਗਾ, ਵੈਸੇ ਤਾਂ ਜਿਵੇਂ ਸੋਚਿਆ ਜਾਵੇ ਤਾਂ ਮਠਿਆਈਆਂ ਨੇ ਜਿਹੜੀਆਂ ਇਹ 12 ਮਹੀਨੇ 30 ਦਿਨ ਹੀ ਹਲਵਾਈਆਂ ਦੀਆਂ ਦੁਕਾਨਾਂ ਤੇ ਵੱਡੇ ਵੱਡੇ ਹੋਟਲਾਂ ਤੇ ਬਣਦੀਆਂ ਰਹਿੰਦੀਆਂ ਨੇ। ਪਰ ਜੇ ਦੇਖਿਆ ਜਾਵੇ ਤਾਂ ਜਿਹੜਾ ਸਿਹਤ ਵਿਭਾਗ ਹੈਗਾ ਇਹ ਦੀਵਾਲੀ ਜਾਂ ਹੋਰ ਤਿਉਹਾਰਾਂ ਦੇ ਲਵੇ ਆ ਕੇ ਹੀ ਚੌਕਸ ਹੁੰਦਾ ਜੀ, ਤੇ ਕਾਰਨ ਹੈਗਾ ਉਸ ਤਿਉਹਾਰਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੀ ਮਠਿਆਈਆਂ ਦੀ ਵਿਕਰੀ ਹੈਗੀ ਉਹ ਵਧਣੀ ਸ਼ੁਰੂ ਹੋ ਜਾਂਦੀ ਹੈਗੀ। ਇਸੇ ਕਰਕੇ ਇਹਨਾਂ ਨੂੰ ਜ਼ਰੂਰੀ ਵੀ ਹੋ ਜਾਂਦਾ ਵੀ ਸੈਂਪਲਿੰਗ ਕੀਤੀ ਜਾਵੇ ਜੀ। ਤੇ ਇਸੇ ਕਾਰਵਾਈ ਨੂੰ ਅੱਗੇ ਤੋਰਦੇ ਜਿਹੜਾ ਸਿਹਤ ਵਿਭਾਗ ਨੇ ਤੇ ਪੁਲਿਸ ਦੀ ਮਦਦ ਨਾਲ ਇੱਕ ਗੱਡੀ ਘੇਰੀ ਜਿਹਦੇ ਵਿੱਚ ਪਨੀਰ ਫੜਿਆ ਗਿਆ ਤੇ ਗਾਹਾਂ ਗੱਡੀ ਮਾਲਕ ਨੂੰ ਜਦੋਂ ਉਹਦੀ ਫੈਕਟਰੀ ਵਿੱਚ ਲੈ ਕੇ ਗਏ ਤਾਂ 4 ਕੁਇੰਟਲ ਜਿਹੜਾ ਪਾਊਡਰ ਹੈਗਾ ਪਨੀਰ ਬਣਾਉਣ ਲਈ ਵਰਤਿਆ ਜਾਂਦਾ ਹੈਗਾ ਉਹ ਵੀ ਫੜਿਆ ਗਿਆ, ਜਿਹੜਾ ਕਿ ਸਾਰੇ ਦੇ ਨਮੂਨੇ ਭਰ ਕੇ ਅੱਗੇ ਟੈਸਟ ਕਰਨ ਲਈ ਭੇਜ ਦਿੱਤੇ ਨੇ ਵੀ ਇਹਦੇ ਵਿੱਚ ਕੋਈ ਗੜਬੜ ਹੈ ਜਾਂ ਨਹੀਂ, ਤਾਂ ਕਿ ਲੋਕਾਂ ਨੂੰ ਇਹਦੇ ਪ੍ਰਤੀ ਜਾਣਕਾਰੀ ਦਿੱਤੀ ਜਾਵੇ। ਬਾਅਦ 'ਚ ਵੀ ਇਹ ਪਨੀਰ ਦੀ ਜਿਹੜੀ ਕੁਆਂਟਿਟੀ ਹੈਗੀ 35 ਕਿਲੋ ਹੀ ਦੱਸਿਆ ਹੈਗਾ ਸਿਹਤ ਵਿਭਾਗ ਨੇ ਤੇ ਪੁਲਿਸ ਵਿਭਾਗ ਨੇ। ਪਰ ਸ਼ੱਕ ਇਹ ਹੈ ਕਿ 7 ਵਜੇ ਜਿਉਂ ਹੀ ਫੈਕਟਰੀ ਦਾ ਜਿਹੜਾ ਦਰਵਾਜ਼ਾ ਹੈਗਾ ਬੰਦ ਕਰ ਲਿਆ ਗਿਆ, 10 ਵਜੇ ਤੱਕ ਮੀਡੀਆ ਵੀ ਬਾਹਰ ਖੜੇ ਰਹੇ, ਹੋਰ ਲੋਕ ਵੀ ਬਾਹਰ ਖੜੇ ਰਹੇ, ਸ਼ੱਕ ਜਤਾਇਆ ਜਾ ਰਿਹਾ ਵੀ ਜਿਹੜੀ ਕੁਆਂਟਿਟੀ ਸੀ ਇਹ ਜਾਂ ਕੋਈ ਹੋਰ ਵੀ ਮਾਲ ਹੋ ਸਕਦਾ ਸੀ ਜਿਹੜਾ ਕਿ ਵੀ ਉਹ ਇੱਧਰ ਉੱਧਰ ਦੀ ਪਾਇਆ ਗਿਆ। ਅਸੀਂ ਉਹਨਾਂ ਨੂੰ ਪੁੱਛਿਆ ਵੀ ਇਹਦੇ ਬਾਰੇ ਤੇ ਉਹੀ ਬਸ ਗੱਲ ਗੋਲ ਮੋਲ ਜਵਾਬ ਦੇ ਕੇ ਉਹ ਆਪਣਾ ਪੱਲਾ ਝਾੜਦੇ ਨਜ਼ਰ ਆਏ। ਤੇ ਬਾਕੀ ਜਿਹੜੇ ਇਹਦੇ ਸੈਂਪਲਿੰਗ ਕਰਕੇ ਸਿਹਤ ਵਿਭਾਗ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੀ ਸੋਮ ਜੀ। ਸੋ ਬਹੁਤ ਬਹੁਤ ਮਿਹਰਬਾਨੀ ਵਾਕਿਆ ਹੀ। ਔਰ ਇੰਨੀ ਦੇਰ ਤੱਕ ਦਰਵਾਜ਼ਾ ਬੰਦ ਰੱਖਣਾ ਕਿਤੇ ਨਾ ਕਿਤੇ ਪੱਤਰਕਾਰਾਂ ਦਾ ਫਰਜ਼ ਬਣਦਾ ਵੀ ਇੰਨੀ ਦੇਰ ਤੱਕ ਤੁਸੀਂ ਦਰਵਾਜ਼ਾ ਬੰਦ ਰੱਖਿਆ, ਔਰ ਕੀ ਕਾਰਨ ਹੋ ਸਕਦੇ ਨੇ? ਗੋਲ ਜਬੋਲ ਜਿਹੜਾ ਜਵਾਬ ਸੀ ਉਹ ਪੱਤਰਕਾਰਾਂ ਦੇ ਨਾਲ ਉਧਰੋਂ ਕੀਤਾ ਗਿਆ। ਇਸ ਸੰਬੰਧ ਵਿੱਚ ਜੋ ਮਤਲਬ ਗੱਲਬਾਤ ਹੋਈ ਹੈ ਤੁਸੀਂ ਖੁਦ ਸੁਣ ਸਕਦੇ ਹੋ। ਮਹਿਲਾ ਪਿੰਡ ਦੇ ਵਿੱਚ ਜਵੰਦਾ ਪੱਤੀ ਭੂਸ਼ਣ ਕੁਮਾਰ ਦੀ ਡੈਰੀ ਹੈ, ਉਹਨਾਂ ਦੇ ਰੇਡ ਹੋਈ ਹੈ ਅਤੇ ਜਿਹੜੇ ਫੂਡ ਸਪਲਾਈ ਇੰਸਪੈਕਟਰ ਉਹਨਾਂ ਦੇ ਸੈਂਪਲ ਭਰ ਰਹੇ ਨੇ ਪਨੀਰ ਦੇ, ਅਤੇ ਜਿਹੜਾ ਉਸ ਤੋਂ ਬਾਅਦ ਇੱਥੇ ਅਸੀਂ 7 ਵਜੇ ਦੇ ਕਰੀਬ ਆਏ। ਹਾਂ, ਜਿਹੜੀ 7 ਵਜੇ ਤੋਂ ਲੈ ਕੇ 10 ਵਜੇ ਤੱਕ ਜਿਹੜਾ ਹੈਗਾ ਇਹਦਾ ਗੇਟ ਬੰਦ ਕਰਕੇ ਰੱਖਿਆ ਗਿਆ। ਇੱਥੇ ਸ਼ੱਕ ਜਤਾਇਆ ਜਾ ਰਿਹਾ ਵੀ ਜਿਹੜਾ ਉਸ ਦੌਰਾਨ ਇੱਥੋਂ ਮਾਲ ਦੀ ਜਿਹੜੀ ਹੈਗੀ ਹੈ ਉਰਦੂ ਫੁਰਦ ਕੀਤਾ ਗਿਆ ਜਿਹੜਾ ਇੱਥੇ। ਨਹੀਂ, ਬਿਲਕੁਲ ਇਹੋ ਜਿਹੀ ਕੋਈ ਗੱਲ ਨਹੀਂ, ਕੋਈ ਅੰਦਰ ਨਹੀਂ ਵੜਨ ਦਿੱਤਾ ਗਿਆ। ਜਿਹੜੀ CCTV ਕੈਮਰੇ ਲੱਗੇ ਹੋਏ ਨੇ ਉਹਨਾਂ ਦੀ ਤੁਸੀਂ ਫੁਟੇਜ ਕੋਈ ਲੈਤੀ ਕਬਜ਼ੇ 'ਚ ਆਪਣੀ? ਨਹੀਂ ਜੀ, ਬੰਦ ਨੇ, CCTV 'ਚ ਖਰਾਬ ਨੇ। ਇਹਨਾਂ ਦੀ ਰੇਡ ਇੱਥੇ ਅੱਜ ਹੋਈ ਹੈ, ਪਨੀਰ ਬਣਾ ਰਹੇ ਨੇ ਔਰ ਕੁਆਂਟਿਟੀ ਇਸ ਟਾਈਮ ਤਾਂ 30 ਕਿਲੋ ਹੈ। ਪਰ ਮੈਨੂੰ ਇਹਨਾਂ ਦੇ SHO ਸਾਹਿਬ ਨਾਲ ਗੱਲ ਹੋਈ ਸੀ, ਉਹਨਾਂ ਨੇ ਕਿਹਾ ਕਿ ਸੰਗਰੂਰ ਵੀ ਕੁਆਂਟਿਟੀ ਕਾਫੀ ਪਈ ਹੈ ਵੀ ਉੱਥੇ ਅਜੇ ਸੈਂਪਲਿੰਗ ਅਸੀਂ ਕਰਨੀ ਹੈ ਅਤੇ ਇੱਥੇ ਅਸੀਂ ਕਰ ਲਿਆ ਸੈਂਪਲ ਪਨੀਰ ਦਾ ਲਿਆ
ਤੇ ਹੁਣ ਅਸੀਂ ਅੱਗੇ ਕਾਰਵਾਈ ਲਈ ਸੰਗਰੂਰ ਜਾ ਰਹੇ ਹਾਂ। ਲਾਇਸੈਂਸ ਵਗੈਰਾ ਹੈ ਜੀ? ਲਾਇਸੈਂਸ ਇਹਨਾਂ ਨੇ ਰਜਿਸਟ੍ਰੇਸ਼ਨ ਲਈ ਹੋਈ ਹੈ, ਬਟ ਇਹਨਾਂ ਨੂੰ ਲਾਇਸੈਂਸ ਮੈਂਡੇਟਰੀ ਹੈ, ਲਾਇਸੈਂਸ ਲੈਣਾ ਪੈਣਾ। ਲੰਮੇ ਸਮੇਂ ਤੋਂ ਕੰਮ ਕਰ ਰਹੇ ਮੈਂ? ਹਾਂਜੀ, ਮੈਨੂੰ ਪਤਾ ਇਹਨਾਂ ਦਾ ਕੰਮ ਚੱਲ ਰਿਹਾ, ਪਰ ਲਾਇਸੈਂਸ ਇਹਨਾਂ ਦੇ ਕੋਲ ਅੱਗੇ ਵੀ ਨਹੀਂ ਹੈ, ਉਹਦਾ ਇਹਨਾਂ ਨੂੰ ਫਾਈਨ ਵੀ ਆਲਰੇਡੀ ਹੋ ਚੁੱਕਿਆ, ਤੇ ਹੁਣ ਅੱਜ ਇਹਨਾਂ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਜ਼ਰੂਰ ਹੈ। ਕਿਸ ਜਗ੍ਹਾ ਤੇ ਜਿਹੜੀ ਰੇਡ ਹੋਈ ਹੈ ਜੀ? ਇਹ ਰੂਪਚੰਦ ਦੀ ਡੈਰੀ ਨਾਮ ਤੋਂ ਫੇਮਸ ਹੈ, ਪਰ ਲਾਇਸੈਂਸ ਜਿਹੜਾ ਇਹਨਾਂ ਦਾ ਸੁਰੇਸ਼ ਕੁਮਾਰ ਨਾਮ ਤੇ ਬਣਿਆ ਹੋਇਆ, ਪਿੰਡ ਮਹਿਲਾ। ਕੋਈ ਚੀਜ਼ ਦੀ ਬਰਾਮਦਗੀ ਇਸ ਤਰ੍ਹਾਂ ਦੀ, ਕੋਈ ਕੱਚਾ ਮਾਲ ਜਾ ਕੇ? ਨਹੀਂ, ਇੱਥੇ ਸਾਨੂੰ ਸਿਰਫ ਪਨੀਰ ਮਿਲਿਆ। ਹੋਰ ਸੰਗਰੂਰ ਸੁੱਕਾ ਦੁੱਧ ਪਾਊਡਰ ਹੈ, ਪਰ ਉਹਦਾ ਹਜੇ ਅਸੀਂ ਸੈਂਪਲ ਲੈ ਚੁੱਕੇ ਹਾਂ। ਪਨੀਰ ਜਿਹੜਾ ਦੂਸਰਾ ਸੈਂਪਲ ਹੈ ਉਹ ਲੈਣ ਵਾਸਤੇ ਸੰਗਰੂਰ ਜਾਣਾ। ਪਾਊਡਰ ਕਿੰਨੀ ਕੁਆਂਟਿਟੀ ਮਿਲੇ? ਪਾਊਡਰ ਇਹਨਾਂ ਦਾ 16 ਬੈਗਸ ਨੇ, ਕੁਆਂਟਿਟੀ ਨੀਅਰ ਅਬਾਊਟ 400 ਕਿਲੋ ਹੈ। ਇੱਥੋਂ ਬੰਦ ਰਿਹਾ ਜੀ ਕਾਫੀ ਸਮੇਂ, ਜਿਹੜਾ ਹੈਗਾ ਇੱਥੇ ਪੁਲਿਸ ਪ੍ਰਸ਼ਾਸਨ ਨੇ ਆ ਕੇ ਇੱਥੇ ਕਬਜ਼ਾ ਕਰਿਆ, ਅੱਧਾ ਘੰਟਾ ਡੇਢ ਘੰਟਾ ਦੋ ਘੰਟੇ ਤਕਰੀਬਨ ਇਹਨੂੰ ਗੇਟ ਬੰਦ ਕਰਕੇ ਹੀ ਰੱਖਿਆ ਗਿਆ। ਸ਼ੱਕ ਜਤਾਇਆ ਜਾ ਰਿਹਾ ਵੀ ਉਸ ਸਮੇਂ ਜਿਹੜਾ ਹੈਗਾ ਇੱਥੋਂ ਮਾਲ ਕੱਢਿਆ ਗਿਆ। ਨਹੀਂ, ਮੈਨੂੰ ਉਹਦੇ ਬਾਰੇ ਨਹੀਂ ਨੌਲੇਜ, ਪਰ ਸੀਸੀਟੀਵੀ ਕੈਮਰੇ ਵੀ ਹੈਗੇ, ਉਹਦੀ ਫੁਟੇਜ ਵਗੈਰਾ ਨਹੀਂ ਤੁਸੀਂ ਲੈਤੀ? ਨਹੀਂ, ਅਸੀਂ ਤਾਂ ਨਹੀਂ ਲੈਤੀ ਹੈ। ਨਹੀਂ, ਅਸੀਂ ਕੋਈ ਫੁਟੇਜ ਇਹਨਾਂ ਦੀ ਨਾ ਤਾਂ ਲਈ ਹੈ ਨਾ ਦੇਖੀ ਹੈ, ਬਟ ਸਾਨੂੰ ਤਾਂ ਜਦੋਂ ਇਨਫੋਰਮ ਕੀਤਾ ਗਿਆ ਸੀ, ਐਕਚੁਲੀ ਅਸੀਂ ਸਾਡੀ ਟੀਮ ਕੰਸਟੀਟਿਊਟ ਕਰਨ 'ਚ ਟਾਈਮ ਲੱਗ ਜਾਂਦਾ, ਅਤੇ ਅਸੀਂ ਉਸ ਤੋਂ ਬਾਅਦ ਆਏ। ਇਹ ਸੀ ਹੁਣ ਤੱਕ ਦੀ ਅਪਡੇਟ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ।